ਗੁਰਪ੍ਰੀਤ ਜੀ, ਵਿਜੇ ਪਾਲ ਬਰਾੜ ਬੋਲ ਰਿਹਾ ਨਿਊਜ਼ 18 ਤੋਂ ਜੀ। ਸਰ ਜੀ, ਤੁਸੀਂ ਆਪਣਾ ਸਿੱਧੂਪੁਰ ਜਥੇਬੰਦੀ ਨੂੰ ਰੀਪ੍ਰੈਜ਼ੈਂਟ ਕਰਦੇ ਹੋ ਇੱਥੇ ਜੀ? ਜੀ, ਇਹ ਜਿਹੜਾ ਗੁਰਦੁਆਰਾ ਸਾਹਿਬ ਦੇ ਵਿੱਚ ਅਨਾਊਂਸਮੈਂਟ ਹੋਈ ਪੈਸਿਆਂ ਦਾ, ਕਿਹਾ ਗਿਆ ਕਿ ਜਥੇਬੰਦੀ ਦੇ ਬੰਦਿਆਂ ਨੇ ਪੈਸੇ ਮੰਗੇ, ਇਹ ਕੀ ਮਸਲਾ ਹੈ? ਕੋਈ ਮਸਲਾ ਨਹੀਂ ਜੀ, ਇਹ ਤਾਂ ਕਲੀਅਰ ਹੋ ਗਿਆ ਬਿਲਕੁਲ। ਕੀ ਮਾੜਾ ਜਿਹਾ ਦੱਸੋਗੇ ਕੀ ਹੈ, ਮਤਲਬ ਕੀ ਕਲੀਅਰ ਹੋ ਗਿਆ ਜਾਂ ਕੀ ਕਨਫਿਊਜ਼ਨ ਸੀਗੀ? ਇਹ ਸਰ ਪਤਾ ਕਿਆ ਸੀ ਜੀ, ਹਾਂਜੀ, ਸਾਡੇ ਇਕਾਈਆਂ ਚੱਲਦੀਆਂ ਜਾਂ ਲੋਕਾਂ ਦੇ ਸਹਿਯੋਗ ਨਾਲ ਚੱਲਦੀਆਂ ਜੀ। ਅੱਛਾ ਜੀ, ਪਿੰਡਾਂ ਦੇ ਵਿੱਚ ਜੀ, ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਵੀ ਸਾਡੀ ਜਥੇਬੰਦੀ ਵੱਲੋਂ ਪ੍ਰਬੰਧ ਕੀਤਾ ਗਿਆ ਸੀ ਸਾਰਾ ਜੋ ਹੈਗਾ ਨਗਰ ਭੋਗ ਦਾ ਅੰਤਿਮ ਅਰਦਾਸ ਦਾ ਜੀ, ਉਹ ਸਾਡੇ ਉੱਥੋਂ ਹੀ ਪ੍ਰਬੰਧ ਹੋਇਆ ਸਾਰਾ। ਔਰ ਉਸ ਤੋਂ ਬਾਅਦ ਜੀ ਸਾਡਾ ਜਿਹੜਾ 13 ਫਰਵਰੀ ਤੁਹਾਨੂੰ ਪਤਾ ਹੀ ਹੈ ਵੀ ਚੱਲ ਰਿਹਾ ਸੰਘਰਸ਼, ਹਾਂਜੀ, ਠੀਕ ਹੈ ਜੀ। ਉਹਦੇ ਸੰਬੰਧ ਦੇ ਵਿੱਚ ਸਾਡੇ ਪਹਿਲਾਂ ਵੀ ਨਗਰ ਦੀਆਂ ਕਮੇਟੀਆਂ ਵੱਲੋਂ ਨਾ ਸਹਿਯੋਗ ਕੀਤਾ ਜਾਂਦਾ ਜਦੋਂ ਸੰਘਰਸ਼ ਚੱਲਦਾ, ਪਿਛਲੇ ਅੰਦੋਲਨ ਦੇ ਵਿੱਚ ਵੀ ਨਗਰ ਦੀਆਂ ਕਮੇਟੀਆਂ ਵੱਲੋਂ ਸਹਿਯੋਗ ਕੀਤਾ ਗਿਆ ਸੀ। ਠੀਕ ਹੈ ਜੀ, ਠੀਕ ਹੈ ਜੀ। ਇਸ ਦਾ ਉਸ ਅੰਤਿਮ ਅਰਦਾਸ ਨਾਲ ਤਾਂ ਕੋਈ ਸੰਬੰਧ ਹੀ ਨਹੀਂ ਜੀ, ਨਾ ਉਹ ਗੋਲਕ ਨਾਲ ਕੋਈ ਸੰਬੰਧ ਹੈ। ਸਸੀ ਨਗਰ ਦੇ ਵਿੱਚੋਂ ਨਾ 3-4 ਸਾਡੇ ਗੁਰੂ ਘਰ ਸੰਸਥਾਵਾਂ ਬਣੀਆਂ ਹੋਈਆਂ, ਸਾਰਿਆਂ ਤੋਂ ਥੋੜ੍ਹਾ ਥੋੜ੍ਹਾ ਯੋਗਦਾਨ ਮੰਗ ਰਹੇ ਨੇ ਕਿਉਂਕਿ ਉਹਨਾਂ ਹਾੜੀ ਦਾ ਜਿਹੜਾ ਸੀਜਨ ਉਹ ਦੂਰ ਸੀ, ਠੀਕ ਹੈ ਜੀ। ਮਤਲਬ ਤੁਹਾਡੇ ਬੰਦੇ ਵਾਸਤੇ ਜੀ, ਮਤਲਬ ਤੁਹਾਡੇ ਬੰਦੇ ਗੁਰਦੁਆਰਾ ਸਾਹਿਬ ਗਏ ਸੀ ਵੀ ਸਾਨੂੰ ਇਸ ਅੰਦੋਲਨ ਦੇ ਲਈ ਮਦਦ ਕਰੋ, ਇਹ ਭੋਗ ਤੋਂ ਬਾਅਦ ਦੀ ਗੱਲ ਹੈ? ਇਹ ਤਾਂ ਭੋਗ ਤੋਂ ਬਾਅਦ ਦੀਆਂ ਗੱਲਾਂ ਜੀ, ਤਾਂ ਅਲੱਗ ਗੱਲ। ਇੱਕ ਮਿੰਟ ਸਰ, ਮੈਂ ਦੁਬਾਰਾ ਕਾਲ ਲਾਵਾਂ ਜੀ, ਇੱਕ ਮੈਨੂੰ ਕਾਲ ਆ ਰਹੀ ਹੈ ਅਰਜੈਂਟ। ਨਹੀਂ, ਮੈਂ ਬਸ ਤੁਹਾਡੇ ਤੋਂ ਮਾੜਾ ਜਿਹਾ ਇਹ ਪੁੱਛਣਾ ਹੈ ਵੀ ਕਿਉਂਕਿ ਗੁਰਦੁਆਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਕਿਹਾ ਵੀ ਸਾਨੂੰ ਆ ਕੇ ਉਹਨਾਂ ਨੇ ਕਿਹਾ ਵੀ 3-4 ਲੱਖ ਰੁਪਇਆ ਅਨਾਊਂਸਮੈਂਟ ਹੈ ਸਰ, ਮੈਂ ਤੁਹਾਨੂੰ ਅਨਾਊਂਸਮੈਂਟ ਸੈਂਡ ਕਰਾਂ, ਮੈਂ ਇਹਦੇ ਵਿੱਚ ਬਿਲਕੁਲ ਕਲੀਅਰ ਅਨਾਊਂਸਮੈਂਟ ਹੈ, ਉਹ ਤੁਸੀਂ ਚਲਾ ਲਓ। ਚਲੋ ਅਨਾਊਂਸਮੈਂਟ ਤਾਂ ਉਹਦੇ 'ਚ ਸੁਣ ਲਾਂਗੇ ਅਸੀਂ, ਪਰ ਮੈਂ ਤੁਹਾਡੇ ਨਾਲ ਸਿੱਧੀ ਗੱਲ ਹੀ ਕਰ ਰਿਹਾ, ਤੁਸੀਂ ਜਦੋਂ ਆਪਸ 'ਚ ਆਪਾਂ ਗੱਲ ਕਰਦੇ ਉਦੋਂ ਜ਼ਿਆਦਾ ਕਲੈਰਿਟੀ ਹੋ ਜਾਂਦੀ ਹੈ ਚੀਜ਼ਾਂ ਦੀ, ਫਿਰ ਮੈਂ ਅਨਾਊਂਸਮੈਂਟ ਸੁਣ ਕੇ ਤੁਹਾਨੂੰ ਕੁਝ ਪੁੱਛਾਂ। ਮੈਂ ਸਿੰਪਲ ਇਹ ਪੁੱਛ ਰਿਹਾ ਵੀ ਗੁਰਦੁਆਰਾ ਸਾਹਿਬ ਦੇ ਜਿਹੜੇ ਹੈੱਡ ਗ੍ਰੰਥੀ ਨੇ ਉਹਨਾਂ ਨੇ ਇਹ ਗੱਲ ਕਹੀ ਹੈ ਕਿ ਸਾਡੇ ਕੋਲ ਬੰਦੇ ਆਏ ਤੁਹਾਡੀ ਜਥੇਬੰਦੀ ਦੇ, ਜਿਹੜੀ ਹੈਗੀ ਸੀ ਸਾਰੀ ਗੁੰਮਰਾਹ ਕੌਣ ਸੀ, ਅੱਜ ਨਗਰ ਦੇ ਵਿੱਚ ਸਾਰੀ ਗੱਲ ਕਲੀਅਰ ਹੋ ਗਈ, ਅਸੀਂ ਉਸ ਪ੍ਰਕਾਰ ਦੇ ਕੋਈ ਗੋਲਕ ਚੋਂ ਮੰਗ ਨਹੀਂ ਕੀਤੀ ਸੀ, ਕਿਉਂਕਿ ਉਹਦੇ 'ਚ ਉਹਨਾਂ ਨੇ ਕਿਹਾ ਕਿ ਜਥੇਬੰਦੀ ਦੇ ਬੰਦੇ ਕਹਿ ਰਹੇ ਨੇ ਕਿ 3-4 ਲੱਖ ਰੁਪਇਆ ਇਕੱਠਾ ਹੋਇਆ ਸੀ, ਉਹ ਕਹਿੰਦੇ ਅਸੀਂ ਤੇ ਪਿੰਡ ਦੇ ਸਾਹਮਣੇ ਗੋਲਕ ਖੋਲੀ ਔਰ ਉਹਦੇ ਚੋਂ ਨਿਕਲੇ ਹੀ 90,000 ਹੈ। ਚਲੋ ਉਹ ਤਾਂ ਸਾਨੂੰ ਤਾਂ ਪਤਾ ਨਹੀਂ ਜੀ, ਸਾਨੂੰ ਤਾਂ ਨਾ ਬੁਲਾਇਆ ਗਿਆ, ਸੁਣੋ ਗੱਲ ਧਿਆਨ ਨਾਲ, ਹਾਂਜੀ ਠੀਕ ਹੈ, ਨਾ ਸਾਨੂੰ ਇਸ ਗੱਲ ਦਾ ਪਤਾ ਹੈ। ਅਸੀਂ ਤਾਂ ਆਪਦੇ ਅੰਦੋਲਨ ਵਾਸਤੇ ਜਥੇਬੰਦੀ ਦੇ ਵੱਲੋਂ ਉਹ ਪੈਸਿਆਂ ਦੀ ਉਹ ਕੀਤਾ ਸੀ, ਉਹ ਨਾ ਤਾਂ ਇਸ ਗੋਲਕ ਨਾਲ ਕੋਈ ਸੰਬੰਧ ਹੈ ਸਾਡਾ, ਨਾ ਹੀ ਇਸ ਜਿਹੜਾ ਅੰਤਿਮ ਸੰਸਕਾਰ ਹੋਇਆ ਉਸ ਦੇ ਅੰਤਿਮ ਅਰਦਾਸ ਹੋਈ ਹੈ ਉਸ ਨਾਲ ਸਾਡਾ ਕੋਈ ਇਸ ਗੱਲ ਦਾ ਸੰਬੰਧ ਹੈ, ਸਮਝੇ ਜੀ। ਜਿੱਦਾਂ ਜਦੋਂ ਸਾਨੂੰ ਕੋਈ ਨਗਰ ਦੇ ਵਿੱਚ ਨਾ ਕੋਈ ਫੰਡਾਂ ਦੀ ਘਾਟ ਪੈਂਦੀ ਹੈ ਜਥੇਬੰਦੀ ਨੂੰ ਚਲਾਉਣ ਵਾਸਤੇ, ਦੇ ਕੁਹਾੜੀ ਸਾਉਣੀ ਨਾ ਅਸੀਂ ਫੰਡ ਇਕੱਠਾ ਕਰ ਦਿੰਦੇ ਹਾਂ, ਹਾੜੀ ਦੇ ਵਿੱਚ 2 ਮਹੀਨੇ ਪਏ ਹੈ, ਸੋ ਸਾਨੂੰ ਨਾ ਉਹ ਚਲਾਉਣ 'ਚ ਥੋੜ੍ਹੀ ਦਿੱਕਤ ਆ ਰਹੀ ਸੀ, ਉਸ ਤਾਂ ਉਸ ਵਿਸ਼ੇ 'ਤੇ ਗੱਲ ਸੀ ਸਰ। ਅਤੇ ਫਿਰ ਤੁਸੀਂ ਪਿੰਡ ਵਾਲਿਆਂ ਦੇ ਸਾਹਮਣੇ ਜਾ ਕੇ ਜਦੋਂ ਗੁਰਦੁਆਰਾ ਸਾਹਿਬ 'ਚ ਅਨਾਊਂਸਮੈਂਟ ਹੋਈ ਉਹਨਾਂ ਨੇ ਇਕੱਠੇ ਕੀਤਾ, ਤੁਸੀਂ ਉੱਥੇ ਇਕੱਠ 'ਚ ਜਾ ਕੇ ਦੱਸੀ ਇਹ ਗੱਲ? ਸਾਰੀ ਗੱਲ ਕਲੀਅਰ ਹੋਈ ਹੈ ਸਰ, ਸਾਰੀ ਗੱਲ A to Z। ਮਤਲਬ ਤੁਸੀਂ ਕਿਹਾ ਵੀ ਅਸੀਂ ਗੋਲਕ ਵਾਲੇ ਪੈਸੇ ਨਹੀਂ ਮੰਗੇ, ਅਸੀਂ ਤਾਂ ਸਿਰਫ ਵੈਸੇ ਉਸੇ ਗੁਰਦੁਆਰਾ ਕਮੇਟੀ ਤੋਂ ਮਦਦ ਮੰਗੀ, ਦੂਸਰਿਆਂ ਤੋਂ ਵੀ ਮੰਗੇ ਸਰ, ਸਾਡੇ ਕੋਲ ਇੱਕ ਸਬੂਤ ਹੈ ਔਰ ਕਮੇਟੀ ਨੇ ਸਾਨੂੰ 31,000 ਰੁਪਇਆ ਦਿੱਤਾ ਵੀ ਸੀ, ਔਰ ਅੱਜ ਉਹ ਫੈਸਲਾ ਕੀਤਾ ਵੀ ਅਸੀਂ ਇੱਕ ਕਮੇਟੀ ਤੋਂ ਨਹੀਂ ਲੈਣਾ, ਉਹ ਵਾਪਸ ਵੀ ਕੀਤਾ ਜੀ, ਉਹਦੇ ਪ੍ਰਧਾਨ ਨਾਲ ਵੀ ਅਸੀਂ ਤੁਹਾਡੀ ਗੱਲ ਕਰਵਾ ਸਕਦੇ ਹਾਂ। ਤੇ ਤੁਸੀਂ ਮੰਗੇ ਸ਼ੁਭ ਕਰਨ ਦੇ ਭੋਗ ਤੋਂ ਬਾਅਦ ਜਾ ਕੇ ਉਹਨਾਂ ਗੁਰਦੁਆਰਾ? ਬਾਅਦ ਦੀਆਂ ਗੱਲਾਂ ਜੀ, ਇਹ ਤਾਂ ਬਾਅਦ ਦੀਆਂ ਗੱਲਾਂ ਸਰ, ਜਦੋਂ ਉਹਨਾਂ ਪਤਾ ਕਿਆ ਹੋਇਆ ਜੀ, ਪਹਿਲਾਂ ਤਾਂ ਹੁਣ ਖਰਚੇ ਚੱਲੀ ਗਏ ਸਰ, ਠੀਕ ਹੈ ਨਾ ਜੀ, ਸਾਡੇ ਜਿਹੜਾ ਅੰਦੋਲਨ ਚੱਲ ਰਿਹਾ ਇਹਦੇ ਨਾਲ ਤਾਂ ਭੋਗ ਦਾ ਤਾਂ ਕੋਈ ਅੰਤਿਮ ਅਰਦਾਸ ਨਾਲ ਤਾਂ ਕੋਈ ਸੰਬੰਧ ਹੀ ਨਹੀਂ, ਸੋ ਅਸੀਂ ਨਗਰ ਤੋਂ ਇਹ ਬੇਨਤੀ ਕੀਤੀ ਸੀ, ਉਹਦੀਆਂ ਬਕਾਇਦਾ ਸਾਡੇ ਕੋਲ ਅਨਾਊਂਸਮੈਂਟ ਦੀ ਰਿਕਾਰਡਿੰਗ ਹੈ, ਔਰ ਉਸ ਪ੍ਰਕਾਰ ਦਾ ਕੋਈ ਮਤਲਬ ਨਹੀਂ ਹੈਗਾ ਸਾਡਾ।
ਠੀਕ ਹੈ ਗੁਰਪ੍ਰੀਤ ਜੀ, ਤੁਹਾਡਾ ਅਹੁਦਾ ਕੀ ਹੈ ਜਥੇਬੰਦੀ ਦੇ ਵਿੱਚ? ਸਰ ਮੈਂ ਇਕਾਈ ਨੂੰ ਬਿਲੋਂਗ ਕਰਦਾ ਜੀ, ਔਰ ਮੈਂ ਮੇਨ ਦੇਖਦਾ ਇਕਾਈ ਦੇ ਵਿੱਚ ਸਾਰਾ ਕੁਛ। ਅੱਛਾ, ਇਹ ਜਿਹੜੀ ਡੱਲੇਵਾਲ ਸਾਹਿਬ ਵਾਲੀ ਜਥੇਬੰਦੀ? ਡੱਲੇਵਾਲ ਸਾਹਿਬ।